ਆਮ ਆਦਮੀ ਪਾਰਟੀ 2012 'ਚ ਬਣੀ ਅਤੇ 14 'ਚ ਮੈਂ ਪਹਿਲੀ ਇਲੈਕਸ਼ਨ ਲੜਿਆ ਸੰਗਰੂਰ ਤੋਂ। ਜਿੱਥੇ ਵੀ ਜਾਂਦਾ ਸੀ, ਜਿਹੜੇ ਪਿੰਡ ਵੀ, ਕੋਈ ਵੀ ਵਲੰਟੀਅਰ ਨਹੀਂ ਸੀ, ਕੋਈ ਬਲੋਕ ਪ੍ਰਧਾਨ ਨਹੀਂ ਸੀ, ਕੋਈ ਪਿੰਡ ਦਾ ਪ੍ਰਧਾਨ ਨਹੀਂ ਸੀ, ਮੈਂ ਜਾਂਦਾ ਸੀ। ਇੱਥੋਂ ਤੱਕ ਕਿ ਕੋਈ ਸਟੇਟ ਸੈਕਟਰੀ ਵੀ ਨਹੀਂ ਸੀ ਜਿਹੜਾ ਇਹ ਕਹਿ ਦੇ ਵੀ ਹੁਣ ਤੁਹਾਡੇ ਸਾਹਮਣੇ ਭਗਵੰਤ ਮਾਨ ਜੀ ਵਿਚਾਰ ਰੱਖਣਗੇ। ਮੈਂ ਆਪ ਹੀ ਮੈਂ ਇੱਕ ਫੜ ਲੈਂਦਾ ਸੀ, ਆਪ ਹੀ ਸ਼ੁਰੂ ਕਰ ਲੈਂਦਾ ਸੀ। ਜਦੋਂ ਮੈਂ ਭਾਸ਼ਣ ਬੰਦ ਹੋ ਜਾਂਦਾ ਸੀ, ਪ੍ਰੋਗਰਾਮ ਖਤਮ ਹੋ ਜਾਂਦਾ ਸੀ, ਬਾਅਦ 'ਚ ਕੋਈ ਧੰਨਵਾਦ ਕਰਨ ਵਾਲਾ ਵੀ ਹੈ ਨਹੀਂ ਸੀ। ਪਰ ਨਾਲ ਅਸੀਂ ਰਜਿਸਟਰ ਲੈ ਕੇ ਜਾਂਦੇ ਹੁੰਦੇ ਸੀ, ਇੱਕ ਮੁੰਡਾ, ਅਸੀਂ ਤਿੰਨ ਮੁੰਡਿਆਂ ਡਿਊਟੀ ਲਾਈ ਹੋਈ ਸੀ ਵੀ ਤੂੰ ਇੱਕ ਪਿੰਡ। ਮੈਂ ਬਾਅਦ 'ਚ ਕਹਿੰਦਾ ਸੀਗਾ ਵੀ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਮੈਂਬਰ ਬਣਨਾ ਚਾਹੁੰਦੇ ਨੇ, ਆ ਕਾਪੀ ਵਾਲਾ ਬੈਠਾ, ਮੈਂ ਤਾਂ ਚਲੇ ਜਾਣਾ ਅਗਲੇ ਪਿੰਡ, ਤੁਸੀਂ ਇਹਨੂੰ ਨਾਂ ਲਿਖਾ ਦਿਓ ਸਾਰੇ। ਉਹ ਅਗਲੇ ਪਿੰਡ ਦੂਜੀ ਕਾਪੀ ਵਾਲਾ ਹੁੰਦਾ ਸੀ, ਤਾਂ ਜਿਹੜਾ ਕਾਪੀ ਵਾਲਾ ਇਹ ਤੀਜੇ ਪਿੰਡ ਜਾਂਦਾ ਸੀ ਵਿਹਲਾ ਹੋ ਕੇ, ਫਿਰ ਕਿਉਂਕਿ ਉੱਥੇ ਦੂਜਾ ਹੈਗਾ। ਇੱਦਾਂ ਇੱਦਾਂ ਅਸੀਂ ਚੋਗ ਇਕੱਠੀ ਕੀਤੀ, ਚੋਗ ਇੱਦਾਂ ਇੱਦਾਂ ਅਸੀਂ ਛੋਟੇ ਛੋਟੇ ਦਾਣੇ ਇਕੱਠੇ ਕੀਤੇ ਅਤੇ ਅੱਜ ਆਮ ਆਦਮੀ ਪਾਰਟੀ ਦੇਸ਼ ਦੀ ਸਭ ਤੋਂ ਵੱਧ ਡਿਸਿਪਲਨਡ ਪਾਰਟੀ ਮੰਨੀ ਜਾਂਦੀ ਹੈ, ਜਿਹ 'ਚ ਡਿਸਿਪਲਨ ਹੈ, ਅਨੁਸ਼ਾਸਨ ਹੈ। ਹੌਲੀ ਹੌਲੀ ਹੁੰਦਾ ਵਿੱਚ ਦੀ ਦਿੱਕਤਾਂ ਵੀ ਆਈਆਂ, ਕਿਤੇ ਲੜਾਈਆਂ ਵੀ ਹੋਈਆਂ ਵੀ ਆਹ ਕਿਉਂ ਹੋ ਗਿਆ ਜੀ, ਆਹ ਇਹ ਕਿਉਂ ਹੋ ਗਿਆ ਜੀ, ਹੋ ਜਾਂਦਾ ਪਾਰਟੀਆਂ 'ਚ, ਪਰਿਵਾਰਾਂ 'ਚ ਵੀ ਹੋ ਜਾਂਦੀਆਂ ਗਿਲੇ ਸ਼ਿਕਵੇ। ਹੱਕ ਹੈ ਹਰੇਕ ਨੂੰ ਗਿਲਾ ਸ਼ਿਕਵਾ ਕਰਨ ਦਾ, ਜੇ ਗਿਲਾ ਸ਼ਿਕਵਾ ਵੀ ਤਾਂ ਉੱਥੇ ਹੋਊਗਾ ਜਿੱਥੇ ਪਿਆਰ ਹੁੰਦਾ। ਅਪਸ ਐਂਡ ਡਾਊਨ ਵੀ ਆਏ ਪਰ ਤੁਸੀਂ ਖੜ੍ਹੇ ਰਹੇ। ਮੈਂ ਕਹਿੰਦਾ ਹੁੰਦਾ ਕਿ ਜਿਹੜਾ ਮਾੜਾ ਸਮਾਂ ਹੁੰਦਾ ਨਾ, ਉਹ ਬੰਦੇ ਨੂੰ ਇੱਕ ਬਹੁਤ ਵਧੀਆ ਚੀਜ਼ ਦੇ ਕੇ ਜਾਂਦਾ ਕਿ ਮਾੜੇ ਸਮੇਂ ਵਫਾਦਾਰੀਆਂ ਪਰਖੀਆਂ ਜਾਂਦੀਆਂ ਨੇ। ਜਿਹੜੇ ਤਾਂ ਊਈਂ ਆਏ ਹੁੰਦੇ ਨੇ ਉਹ ਲੰਘ ਜਾਂਦੇ ਨੇ ਵੀ ਇਹਨਾਂ ਕੋਲ ਕੀ ਆ ਹੁਣ, ਜਿਹੜੇ ਅਸਲੀ ਹੁੰਦੇ ਨੇ ਔਰਗੈਨਿਕ ਉਹ ਖੜ੍ਹੇ ਰਹਿੰਦੇ ਆ, ਜਿਹੜੇ ਹੁਣ ਤੁਸੀਂ ਹੋ ਨਾ ਤੁਸੀਂ ਔਰਗੈਨਿਕ ਹੋ, ਤੁਸੀਂ ਮਾੜੇ ਸਮਿਆਂ 'ਚ ਖੜ੍ਹੇ ਰਹੇ, ਤੁਸੀਂ ਕੋਈ ਲਾਲਚ ਦੇਖ ਕੇ ਨਹੀਂ ਆਏ, ਤੁਸੀਂ ਛੋਟੀ ਵੱਡੀ ਲਾਈਨ ਦੇਖ ਕੇ ਨਹੀਂ ਆਏ। ਆਹ ਫਰਕ ਹੈ ਹੁਣ ਉਹ ਦੂਜੀਆਂ ਪਾਰਟੀਆਂ ਨਾਲੋਂ। ਉੱਧਰ ਤਾਂ ਲੜਾਈਆਂ ਇਸ ਲੈਵਲ 'ਤੇ ਕਿ ਇੱਕੋ ਸਟੇਜ ਤੋਂ ਕੋਈ ਹੋਰ ਕੁਛ ਬੋਲੀ ਜਾਂਦਾ, ਦੂਜਾ ਹੋਰ ਬੋਲੀ ਜਾਂਦਾ, ਕੋਈ ਮੈਂ ਖੋ ਕੇ ਲੈ ਜਾਂਦਾ, ਕੋਈ ਛਾਲ ਮਾਰਦਾ ਥੱਲੇ। ਸੋ ਉਹਨਾਂ ਦਾ ਤਾਂ ਮਕਸਦ ਜਿਹੜਾ ਉਹ ਆਪਦੇ ਅਹੁਦੇ ਨੇ ਅਤੇ ਸਾਡਾ ਮਕਸਦ ਪੰਜਾਬ ਹੈ, ਇੰਨਾ ਕੁ ਫਰਕ ਹੈ।